ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਤਿਆਰੀ ਕਰਦੇ ਹਾਂ ਵਿਸਾਖੀ ਦੇ ਮੇਲੇ ਦੀ। ਅਤੇ ਹੈਪੀ ਜੀ ਧੋਈ ਜਾਂਦੇ ਆ ਟਰੈਕਟਰ, ਉਹਨਾਂ ਨੂੰ ਦਿਖਾਉਂਦੇ ਹਾਂ ਤੁਹਾਨੂੰ ਟਰੈਕਟਰ ਧੋਂਦੇ ਨੂੰ। ਪ੍ਰੈਸ਼ਰ ਕਾਫੀ ਹੈ, ਸੋ ਆਪਣਾ ਕੈਮਰਾ ਥੋੜ੍ਹਾ ਜਿਹਾ ਹਿੱਲ ਸਕਦਾ, ਸੰਭਲਿਓ ਜ਼ਰਾ। ਹਾਂਜੀ, ਇਹ ਉਹ ਜਗ੍ਹਾ ਹੈ ਜਿੱਥੇ ਆਪਾਂ ਲੰਗਰ ਲਾਉਣਾ ਹੋਣਾ, ਅਤੇ ਇੱਥੇ ਹੁਣ ਆਪਾਂ ਟੈਂਟ ਲਾਵਾਂਗੇ, ਅਤੇ ਟੈਂਟ ਵਾਲੇ ਬੰਦੇ ਆਉਂਦੇ ਹੋਣਗੇ ਬਸ, ਅਤੇ ਹੁਣ ਟਰਾਲੀ ਪੈਕ ਕਰਕੇ ਅਤੇ ਇੱਥੇ ਟਰਾਲੀ ਲਾਉਣੇ ਆ, ਅਤੇ ਜਿਹੜਾ ਆਪਾਂ ਸਮਾਨ ਲੈ ਕੇ ਆਏ ਹਾਂ ਉਹ ਵੀ ਹੁਣ ਇੱਥੇ ਆਪਾਂ ਉਹਨਾਂ ਨੂੰ ਬਾਹਰ ਕੱਢਾਂਗੇ ਸਮਾਨ ਜਿਹੜਾ ਲੈ ਕੇ ਆਏ ਹਾਂ। ਕੰਮ ਚੱਲ ਰਿਹਾ ਜੀ, ਸੇਵਾ ਟੈਂਟ ਲਾ ਰਹੇ ਹੈ। ਨੰਨੂ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅੱਜ ਪਹਿਲੇ ਦਿਨ ਦੀ ਜਿਹੜੀ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਹੈ, ਲੰਗਰ ਸੰਗਤਾਂ ਨੂੰ ਛਕਾਇਆ ਜਾ ਰਿਹਾ ਹੈ, ਲੰਗਰ ਸ਼ੁਰੂ ਕਰ ਦਿੱਤਾ ਗਿਆ ਹੈਗਾ। ਪ੍ਰਸ਼ਾਦਾਂ ਦੀ ਸੇਵਾ ਵੀ ਹੋ ਰਹੀ ਹੈ ਬੀਬੀਆਂ ਮਾਤਾਵਾਂ ਵੱਲੋਂ, ਅਤੇ ਚਾਹ ਵੀ ਲਗਾਤਾਰ ਚੱਲ ਰਹੀ ਹੈ। ਸੋ ਅੱਜ ਰਾਤ ਨੂੰ ਜਿਹੜਾ ਜਲੇਬੀਆਂ ਵੀ ਆਪਾਂ ਜਿਹੜਾ ਲੰਗਰ ਤਿਆਰ ਕਰਨਾ, ਜਲੇਬੀਆਂ ਦਾ ਸਾਰਾ ਕੁਛ ਤਿਆਰ ਹੈ। ਉਹ ਸਾਹਮਣੇ ਜਿਹੜੀ ਆਪਣੀ ਟਰਾਲੀ ਹੈ, ਟਰਾਲੀ ਮੁੰਡੇ ਧੋ ਰਹੇ ਹੈ, ਇਹਦੇ ਵਿੱਚ ਰਾਤ ਨੂੰ ਅੱਜ
ਜਲੇਬੀਆਂ ਕੱਢ ਕੇ ਜਿਹੜੀਆਂ ਸਜਾਈਆਂ ਜਾਣਗੀਆਂ ਰਾਤ ਨੂੰ ਜਿਹੜੀਆਂ ਜਲੇਬੀਆਂ ਅੱਜ ਕੱਢੀਆਂ ਜਾਣਗੀਆਂ ਅਤੇ ਇਹ ਸਵੇਰੇ ਸੰਗਤਾਂ ਨੂੰ ਸੁਬਹਾ ਚਾਹ ਦੇ ਨਾਲ ਚੁਕਾਈਆਂ ਜਾਣਗੀਆਂ। ਸੋ ਸਾਰੇ ਸੇਵਾਦਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਜੀ, ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾਓ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਵਧੀਆ ਵਧੀਆ, ਠੀਕ ਹੈ। ਤੇ ਕਹਿ ਆ ਜਾਓ ਵੱਧ ਤੋਂ ਵੱਧ ਸੰਗਤਾਂ, ਠੀਕ ਹੈ ਜੀ। ਸੇਵਾ ਕਰੀ ਜਾਂਦੇ ਆ, ਠੀਕ ਹੈ ਜੀ। ਜੀ ਦੂਜਾ ਦਿਨ ਹੈ, ਤਿਆਰੀਆਂ ਚੱਲ ਰਹੀਆਂ ਹੈ। ਸਵੇਰ ਦੇ 5:30 ਵੱਜ ਰਹੇ ਨੇ, ਹੋਰ ਜੀ ਚੱਲ ਰਹੀਆਂ ਤਿਆਰੀਆਂ। ਹਾਂਜੀ ਦੱਸੋ ਜੀ, ਅੱਜ ਖਾਦੀ ਕੀ ਕੁਛ ਬਣੂਗਾ ਜੀ? ਅੱਜ ਮਾਤਾ ਜੀ ਆਲੂ ਛੋਲੇ, ਹਾਂਜੀ ਜਲੇਬੀ ਬਣ ਰਹੀ ਹੈ, ਠੀਕ ਹੈ, ਤੇ ਮਿਕਸ ਦਾਲ ਬਣ ਰਹੀ ਹੈ, ਨਾਲ ਦੁੱਧ ਚ ਪੱਤੀ ਪਾ ਕੇ ਚਾਹ ਦੇ ਰਹੇ, ਠੀਕ ਹੈ। ਫੁੱਲ ਤਿਆਰੀਆਂ ਚੱਲ ਰਹੀਆਂ ਹੈ, ਸਾਡੇ ਪ੍ਰਧਾਨ ਸਾਹਿਬ ਆ ਵਿਹਲੇ ਬੰਦੇ, ਇੱਧਰ ਜਲੇਬੀਆਂ ਬਣ ਰਹੀਆਂ ਹੈ। ਬਸ ਪੂਰੀ ਤਿਆਰੀ ਹੈ ਜੀ, ਬਸ ਲੰਗਰ ਦੀ। ਸੇਵਾਦਾਰਾਂ ਦੀਆਂ ਚੱਪਲਾਂ ਚੋਰੀ ਹੋਣ ਤੋਂ ਬਾਅਦ ਦੇ ਹਾਲ। ਚੱਪਲ ਚੱਪਲ ਕਹਾਂ ਮਿਲੇਗੀ? ਬ੍ਰਹਮਣ ਦਵਾਨੇ ਦੀ ਸੰਗਤ ਜੋ ਹਰ ਸਾਲ ਲੰਗਰਾਂ ਦੇ ਵਿੱਚ ਇਸੇ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਸੋ ਅੱਜ ਵੀ ਕਾਲਾ ਸਿੰਘ ਡਾਕਟਰ ਜੋ ਇਹ ਸੰਗਤਾਂ ਨੂੰ ਕੈਂਟਰ ਭਰ ਕੇ ਬ੍ਰਹਮਣ ਦਵਾਨੇ ਤੋਂ ਲੰਗਰਾਂ ਦੇ ਵਿੱਚ ਲੈ ਕੇ ਪਹੁੰਚੇ ਹਨ। ਸੋ ਧੰਨਵਾਦ ਕਰਦੇ ਹਾਂ ਕਾਲਾ ਸਿੰਘ ਡਾਕਟਰ ਜੀ ਦਾ, ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਸੋ ਬਹੁਤ ਸੰਗਤ ਹੈ ਜਿਹੜੀ ਹੁਣ ਲਗਾਤਾਰ ਪਹੁੰਚ ਰਹੀ ਹੈ। ਇਹ ਸਾਰੀ ਸੰਗਤ ਅੱਜ ਬ੍ਰਹਮਣ ਦਵਾਨੇ ਤੋਂ ਜਿਹੜੇ ਚੱਲ ਕੇ ਆਏ ਆ ਸੇਵਾ ਦੇ ਲਈ, ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਹਰ ਸਾਲ ਦੀ ਤਰ੍ਹਾਂ ਬ੍ਰਹਮਣ ਦਵਾਨੇ ਵੱਲੋਂ ਜੋ ਗੁਰੂ ਕਾ ਲੰਗਰ ਸਜਾਇਆ ਜਾਂਦਾ ਹੈ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ, ਇਸ ਸਾਲ ਵੀ ਲੰਗਰ ਸਜਾਇਆ ਗਿਆ ਹੈਗਾ। ਸੋ ਇਹ ਸਾਰੀ ਬ੍ਰਹਮਣ ਦਵਾਨੇ ਦੀ ਸੰਗਤ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹੈ ਜੋ ਹਰ ਸਾਲ ਦੀ ਤਰ੍ਹਾਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਲੰਗਰ ਸਜਾਏ ਜਾਂਦੇ ਹੈ। ਸੋ ਇਹ ਅੱਜ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਹੈ।
ये पूरे ब्रह्मन दवाने की संगत जो हर साल की तरह लंगर सजाती आ रही है। पहला तो पूरे 26 साल हो गया ने इस लंगर सजदे इस साल भी जोड़ा जलेबिया का चाह का प्रशादा का लंगर चलाया जा रहा है। सो इधर पंडाल के जड़िया संगत लंगर छक रही है। जो हर साल की तरह ये लंगर पूरा अज भी वधिया चल रहा है। सो संगत सवेर तो ही लंगर जड़ा बड़ी श्रद्धा भावना नाल छकाया जा रहा है। बहुत संगत लंगर छक रही है। सो इधरले पासे साढ़े गुरु घर की प्रबंधक कमेटी भी पहुँचे हुए हैं, जोड़े गुरद्वारा प्रबंधक कमेटी साढ़े नाल हर साल सहयोग करती आँदी है। पहला तो यह लंगर पिछले 25-26 साल तो लगातार जोड़ा ये लंगर की परंपरा उस तरह चलती आ रही है। सो बहुत नौजवान है जोड़े सेवा लगातार 3 दिन तो करते आ रहे है। तो इधर तुम देख सकते हो भांड्या की सेवा भी की जा रही है, नाल नाल चाह का लंगर प्रशादा का लंगर लगातार चलता आ रहा है। जलेबिया का लंगर भी साढ़े नाल पूरा सहयोग कर रहे हैं नौजवान जड़े। इधर भी दिखाओ नाल नाल जड़ा चाह का भी लंगर चल रहा है। तो नाल नाल बर्तना की सेवा संगत बड़े श्रद्धा भावना नाल कर दी है। इधरले पासे जड़ा बर्तना की सेवा भी लगातार 3 दिन तो चल रही है। सो ये लंगर हर साल की तरह इस साल भी जड़ा पिछले साल थोड़ी करोना की महामारी कारण लंगर बंद कर दिता गया सी, पर इस साल फिर उस तरह श्रद्धा भावना ना लंगर की जड़ी सेवा लगातार चल रही है। इधर बर्तना की सेवा कर रहे हैं। सो ब्रह्मन दवाने वालों ये हर साल जड़ा लंगर सजाया जाता है। ये तुसी जड़ा लंगर देख रहे हो दमदमा साहब तलवंडी साबो विखे हर साल की तरह इस साल भी सजाया गया है।